धान की फसल किसानों के द्वारा बेचने के लिए मंडी में लाया जा चुका है, लेकिन मौसम में आए अचानक बदलाव, हल्की बूंदाबांदी ने किसानों के पीले सोने पर पानी फेर दिया है। क्योंकि आगमपुर की कच्ची मंडी होने के कारण वहां पर मौसम के बदलाव के कारण भारी दिक्कतों का सामना करना पड़ रहा है। जहां तक धान के ढेर जो किसानों की ओर से लगाए गए हैं वह गीले हो गए हैं और अब उसे सुखाने के लिए किसानों को मेहनत करनी पड़ेगी, क्योंकि धान की खरीद तभी हो पाएगी जब धान पूरी तरह से सूखा होगा। किसानों ने मांग की है कि आगमपुर की मंडी, जहां पर लगभग सभी किसान अपनी फसल बेचने पहुंचते हैं, उसे सरकार की ओर से पक्का किया जाए, क्योंकि कच्ची मंडी में बारिश के पानी के कारण भारी मुश्किलों का सामना करना पड़ता है। जगह जगह पानी खड़ा हो जाता है, कीचड़ के कारण मंडी में चलना फिरना काफी मुश्किल हो जाता है। धान को सुखाने के लिए भी काफी दिनों तक इंतजार करना पड़ता है। ਸਾਨੂੰ ਬੇਨਤੀ ਕੀਤੀ ਜਾਂਦੀ ਕਿ ਮੰਡੀ ਬਹੁਤ ਕੱਚੀ ਆ, ਜ਼ਿਮੀਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ। ਜਿਹੜਾ ਇੱਕ 10 ਕੁਇੰਟਲ ਧਾਨ ਆ ਉਹਦਾ 8 ਕੁਇੰਟਲ ਧਾਨ ਜ਼ਿਮੀਦਾਰ ਨੂੰ ਰਹਿ ਜਾਂਦਾ। ਹੁਣ ਪਾਣੀ ਪੈਣ ਕਾਰਨ 8 ਦੀ ਬਜਾਏ ਵੀ 6 ਕੁਇੰਟਲ ਰਹਿ ਜਾਂਦਾ। ਜਿਹਦਾ 100 ਕੁਇੰਟਲ ਮਾਲ ਆ ਉਹਦਾ 90 ਕੁਇੰਟਲ ਮਾਲ ਰਹਿੰਦਾ, ਦਿੱਲੀ ਮੰਡੀ ਹੋਣ ਕਰਕੇ, ਕੱਚੀ ਮੰਡੀ ਹੋਣ ਕਰਕੇ। ਪਾਣੀ ਦੇ ਵਿੱਚ ਮਾਲ ਸਾਰਾ ਖਰਾਬ ਹੋਇਆ ਕਰਦਾ, ਮਾਲ ਲੁੰਘ ਜਾਂਦਾ, ਮਿੱਟੀ ਵਿੱਚ ਮਾਲ ਰੋੜ ਜਾਂਦਾ। ਛਿੱਲਣ ਵਾਲੇ ਬੰਦੇ ਕਹਿੰਦੇ ਮਾਲ ਸਾਫ਼ ਨਹੀਂ ਹੈ, ਉਹ ਛਿੱਲਣ ਵਾਲੇ ਵੀ ਕੀ ਕਰਨ ਜਦ ਤੱਕ ਸਰਕਾਰ ਪੱਕੀ ਮੰਡੀ ਨਹੀਂ ਬਣਾ ਰਹੀ। ਸਾਡੀ ਇੰਨੀ ਕੁ ਬੇਨਤੀ ਹੈ ਸਰਕਾਰ ਨੂੰ, ਹੱਥ ਜੋੜ ਕੇ ਵੀ ਛੇਤੀ ਛੇਤੀ ਮੰਡੀ ਆਗਮਪੁਰ ਦੀ ਪੱਕੀ ਕੀਤੀ ਜਾਵੇ। ਸਹੂਲਤ ਹੋਈ, ਨੇੜੇ ਮੰਡੀ ਹੋ ਗਈ, ਪਰ ਇੱਕ ਬੜੇ ਦੁੱਖ ਦੀ ਗੱਲ ਹੈ ਕਿ 18-19 ਸਾਲ ਹੋ ਗਏ ਇਹ ਮੰਡੀ ਜਿਹੜੀ ਅਜੇ ਤੱਕ ਪੱਕੀ ਨਹੀਂ ਹੋ ਸਕੀ। ਉਹ ਪ੍ਰੋਸੈਸ ਚੱਲ ਰਿਹਾ ਹੈ, ਪਰ ਪਤਾ ਨਹੀਂ ਕਾਗਜ਼ੀ ਪ੍ਰਤੀਕਿਰਿਆ ਜਿਹੜੀ ਹੈ, ਪ੍ਰਕਿਰਿਆ ਇੰਨੀ ਸਖਤ ਹੈਗੀ ਕਿ ਉਹ ਹਜੇ ਤੱਕ ਵੀ ਇਹ ਪੱਕੀ ਨਹੀਂ ਹੋ ਸਕੀ। ਪੱਕੀ ਨਾ ਹੋਣ ਕਰਕੇ ਸਾਨੂੰ ਬੜਾ ਦਿੱਕਤ ਹੁੰਦਾ, ਬਿਮਾਰੀ ਦਾ ਡਰ ਰਹਿੰਦਾ, ਧੂੜ ਧੋਕਾ ਬਹੁਤ ਉੱਡਦਾ ਗਾ, ਅਤੇ ਲੇਬਰ ਵੀ ਨਹੀਂ ਇੱਥੇ ਕੰਮ ਕਰਨ ਨੂੰ ਮੰਨਦੀ ਗੀ, ਕਿਉਂਕਿ ਲੇਬਰ ਜਿਹੜੀ ਹੈ ਪੱਕੀ ਮੰਡੀ 'ਚ ਖੁਸ਼ ਰਹਿੰਦੀ, ਕੱਚੀ ਮੰਡੀ 'ਚ ਧੂੜ ਧਮੱਕਾ ਜ਼ਿਆਦਾ ਹੁੰਦਾ ਗਾ, ਉਹ ਲੇਬਰ ਦੀ ਵੀ ਸਾਨੂੰ ਬੜੀ ਸਮੱਸਿਆ ਰਹਿੰਦੀ। ਤੀਜਾ ਫਿਰ ਜਦ ਮੌਸਮ ਖਰਾਬ ਹੋ ਜਾਂਦਾ ਗਾ ਉਸ ਵੇਲੇ ਕੱਚੀ ਮੰਡੀ ਦੇ ਵਿੱਚ ਬਹੁਤ ਦਿੱਕਤ ਹੋ ਜਾਂਦੀ, ਕਿ ਪਾਣੀ ਦੇ ਨਾਲ ਚਿੱਕੜ ਜਿਹਾ ਟਾਈਪ ਇੱਥੇ ਹੋ ਜਾਂਦਾ, ਚਿੱਕੜ ਬਣ ਜਾਂਦਾ ਗਾ, ਉਹ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹੈ, ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਮੰਡੀ ਨੂੰ ਜਲਦੀ ਤੋਂ ਜਲਦੀ ਪੱਕੀ ਕਰਾਈ ਜਾਵੇ, ਕਿ ਸਾਨੂੰ ਜਿਹੜਾ ਹੈ ਸਾਰਾ ਕੱਚੇਪਣ ਤੋਂ ਦੂਰ ਤੋਂ ਨਿਜਾਤ ਪਾਈ ਜਾਵੇ।